ਦਿਲਜੀਤ ਦੋਸਾਂਝ ਨੇ ਹਿਸਟਰੀ ਕ੍ਰੀਏਟ ਕੀਤੀ। ਜਿਮੀ ਫੈਲਨ ਸ਼ੋ ਚ ਗਏ, ਗੋਰਿਆਂ ਦੇ ਟੈਲੀਵਿਜ਼ਨ ਦੇ ਉੱਤੇ ਪੂਰੀ ਤਰ੍ਹਾਂ ਛਾਇਆ ਦਿਲਜੀਤ ਦੋਸਾਂਝ। ਲੇਕਿਨ ਇਹ ਸਭ ਕੁਝ ਕਿਵੇਂ ਹੋਇਆ, ਇਹ ਹਿਸਟਰੀ ਕਿਵੇਂ ਕ੍ਰੀਏਟ ਹੋਈ, ਆਖਿਰਕਾਰ ਪਰਫਾਰਮੈਂਸ ਟਾਈਮ ਦਿਲਜੀਤ ਦੇ ਮਨ ਦੇ ਵਿੱਚ ਕੀ ਸੀ, ਸਭ ਕੁਝ ਤੁਹਾਨੂੰ ਦੱਸਾਂਗੇ ਅੱਜ, ਉਹ ਵੀ ਦਿਲਜੀਤ ਦੋਸਾਂਝ ਦੀ ਜ਼ੁਬਾਨੀ। ਜੀ ਹਾਂ, ਦਿਲਜੀਤ ਦੋਸਾਂਝ ਆਪਣੀ ਪੂਰੀ ਜਰਨੀ ਬਾਰੇ ਕੀ ਕੁਝ ਕਹਿ ਰਹੇ ਨੇ ਤੇ ਕੀ ਸੀ ਉਹਨਾਂ ਦੀ ਫੀਲਿੰਗ, ਚਲੋ ਲੈ ਚੱਲਦੇ ਆ ਤੁਹਾਨੂੰ ਸਿੱਧਾ ਦਿਲਜੀਤ ਦੋਸਾਂਝ ਵੱਲ। ਅੱਜ ਅਸੀਂ ਆਏ ਜਿਮੀ ਫੈਲਨ ਦੇ ਸ਼ੋਅ ਤੇ, ਅਸੀਂ ਇੱਥੇ ਪਾ ਦਾਂਗੇ ਚੀਕੜ। ਅੱਜ ਪੰਜਾਬੀ ਬੋਲੀ ਸਾਰੇ ਗੋਰਿਆਂ ਦੇ ਘਰਾਂ ਚ ਸੁਣੀ ਜਾਣੀ ਆ। ਫੇਰ ਕਹਿੰਦੇ ਵੀ ਤੂੰ ਇੱਦਾਂ ਕਾਹਦਾ ਕਹਿੰਦਾ ਪੰਜਾਬੀ ਆ ਗਿਆ ਹੋਵੇ। ਉਹ ਮੈਂ ਮੋਟੇ ਮੋਟੇ ਅੱਖਰਾਂ ਚ ਕਹਿੰਦਾ ਪੰਜਾਬੀ ਆ ਗਿਆ ਹੋਵੇ। ਕਿੱਥੇ ਆ ਗਏ, ਕਿੱਥੇ ਆ ਗਏ, ਜਿੱਥੇ ਭੰਗੜੇ ਪੈਣੇ। ਜਾਣਾ ਬੈਕ ਡੋਰ ਤੇ ਛਾਉਣਾ ਫਰੰਟ ਡੋਰ, ਇਹ ਕੰਮ ਆ ਸਾਂਝ ਵਾਲੇ ਦੇ। ਅੱਜ ਅਸੀਂ ਆਏ ਜਿਮੀ ਫੈਲਨ ਦੇ ਸ਼ੋਅ ਤੇ, ਅਸੀਂ ਇੱਥੇ ਪਾ ਦਾਂਗੇ ਪਚੀਕੜ। ਕੀ ਪਾ ਦਾਂਗੇ ਪਚੀਕੜ, ਇਹਦਾ ਟਰਾਂਸਲੇਸ਼ਨ ਕਰ ਹੁਣ ਪਚੀਕੜ ਦੀ। ਜਿਹੜਾ ਬੰਦਾ ਇਹਦੀ ਟਰਾਂਸਲੇਸ਼ਨ ਕਰੂਗਾ ਪਚੀਕੜ ਦੀ, ਉਹਨੂੰ ਮੈਂ ਪਰਸਨਲੀ ਥੈਂਕ ਯੂ ਬੋਲੂਗਾ। ਵੱਡੇ ਵੱਡੇ ਦਿੱਗਜ ਇੱਥੇ ਉਹਨੂੰ ਤਰਸਦੇ ਨੇ ਤੇ ਤੁਸੀਂ ਅੱਜ ਇੱਥੇ ਆਏ ਹੋ, ਕੀ ਫੀਲ ਕਰ ਰਹੇ ਹੋ? ਮਤਲਬ ਕਿੰਨਾ ਸ਼ੁਕਰ ਪਰਮਾਤਮਾ ਦਾ ਕੀ ਤੁਹਾਡੇ ਮਨ ਦੀ ਸ਼ੁਕਰ ਹੀ ਆ। ਮਤਲਬ ਕੀ ਕਹਿੰਦੇ ਹੁੰਦੇ ਆ, NBC ਜਿਮੀ ਫੈਲਨ ਸ਼ੋਅ ਪੂਰੇ ਨਾਰਥ ਅਮਰੀਕਾ 'ਚ ਜਾਂਦਾ ਬ੍ਰੋ, ਪੂਰੇ ਨਾਰਥ ਸਾਰੇ ਗੋਰਿਆਂ ਦੇ ਘਰਾਂ ਦੇ ਵਿੱਚ ਅੱਜ ਪੰਜਾਬੀ ਸੁਣੀ ਜਾਣੀ ਆ। ਆਇਓ ਰੱਬਾ, ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ? ਮਤਲਬ ਪੰਜਾਬੀ ਬੋਲੀ ਕਰਕੇ ਅਸੀਂ, ਪੰਜਾਬੀ ਬੋਲੀ ਕਰਕੇ ਇੰਨਾ ਮਾਣ ਮਿਲਿਆ ਤੇ ਜਦੋਂ ਇੱਦਾਂ ਥੋੜ੍ਹੀ ਜਿਹੀ ਵੀ ਕੋਈ ਨਵੀਂ ਅਪਡੇਟ ਹੁੰਦੀ ਹੈ ਨਾ, ਕਿ ਅਪਗ੍ਰੇਡ, ਲਾਈਕ ਅੱਜ ਪੰਜਾਬੀ ਬੋਲੀ ਸਾਰੇ ਗੋਰਿਆਂ ਦੇ ਘਰਾਂ 'ਚ ਸੁਣੀ ਜਾਣੀ ਆ ਬ੍ਰੋ। ਤੁਸੀਂ ਫੀਲ ਕਰ ਸਕਦੇ ਇਹ ਗੱਲ, ਅੱਜ ਪੂਰੇ ਗੋਰਿਆਂ ਦੇ ਘਰਾਂ ਦੇ ਵਿੱਚ ਪੰਜਾਬੀ ਸੁਣਨੀ ਆ ਇਹਨਾਂ ਨੇ। ਮਤਲਬ ਗੋਰਿਆਂ ਦਾ ਸ਼ੋਅ, ਗੋਰੇ ਉਹਨੂੰ ਤਰਸਦੇ ਨੇ ਇੱਥੇ ਤੇ ਇੱਥੇ ਪੰਜਾਬੀ ਆ ਗਏ। ਸ਼ੁਕਰ ਹੈ ਪਰਮਾਤਮਾ ਦਾ। ਫੇਰ ਕਹਿੰਦੇ ਵੀ ਤੂੰ ਇੱਦਾਂ ਕਾਹਦਾ ਕਹਿੰਦਾ ਪੰਜਾਬੀ ਆ ਗਿਆ ਹੋਵੇ। ਉਹ ਮੈਂ ਮੋਟੇ ਮੋਟੇ ਅੱਖਰਾਂ 'ਚ ਕਹਿੰਦਾ ਪੰਜਾਬੀ ਆ ਗਿਆ ਹੋਵੇ ਤੇ ਆਉਂਦੇ ਰਹਿਣਗੇ ਤੇ ਸ਼ਾ ਜਾਣਗੇ। ਬਸ ਹੌਲੀ ਹੌਲੀ ਸਾਰੇ ਆ ਜਾਣਾ, ਮਹਾਰਾਜ ਸੁੱਖ ਰੱਖੇ, ਬਸ ਇੱਕ ਵਾਰੀ ਡੋਰ ਓਪਨ ਹੋਣ ਦੀ ਗੱਲ ਆ। ਉਹ ਪਿਆ ਪਰਮਾਤਮਾ ਸ਼ੁਕਰ ਤੇਰਾ। ਜੱਟ ਤੇ ਜਿਮੀ ਬਦਲ ਕੇ ਤੁਰਿਆ ਹੋ ਜਾਂਦਾ। ਅਗਲਾ ਕਹਿੰਦਾ ਜਿਮੀ ਤੂੰ ਹੈਗਾ ਤੇ ਫਿਰ ਨਾਲ ਪੜਿਆ ਹੁੰਦਾ। ਜੱਟ ਤੇ ਜਿਮੀ ਸ਼ੁਰੂ ਇੱਦਾਂ ਕਰੂੰਗਾ ਹੈ ਬ੍ਰੋ। ਹਾਂ ਵੱਡੀ ਜਗ੍ਹਾ ਪੋਜ਼ਿਟਿਵ ਬੰਦਾ ਯਾਰ, ਪੋਜ਼ਿਟਿਵ ਇਦਾਂ ਮਿਲਿਆ। ਹਾਏ ਵੈਲਕਮ, ਇਦਾਂ ਮਿਲਿਆ ਯਾਰ, ਵੈਰੀ ਪੋਜ਼ਿਟਿਵ ਯਾਰ, ਵੈਰੀ ਗੁੱਡ ਯਾਰ, ਹੀ ਇਜ਼ ਆਲਸੋ ਐਕਸਾਈਟਡ। ਅਸੀਂ ਵੀ ਯਾਰ ਇੰਟਰਵਰਟ ਬੰਦੇ ਸਸੇਗਾ। ਥੈਂਕ ਯੂ ਓਕੇ। ਹੇ ਇਦਾਂ ਮਿਲਿਆ ਕਰਨਾ ਹੁਣ ਆਪਾਂ ਇੱਕ ਦੂਜੇ ਨੂੰ ਸਵੇਰ ਨੂੰ, ਕਿੱਦਾਂ? ਹੈਲੋ, ਗੁੱਡ ਮਾਰਨਿੰਗ, ਨਹੀਂ
Literally, we've been there for 16 years. That's no doubt a top five. Wow. There's a party going on. Wow. Mark, top five, bro. That was crushed it. It couldn't have gone better. It was fantastic. It was electric out there. Everyone was dancing. That was phenomenal. Couldn't have gone better. Thank you, sir. Thanks for having us. Please come back. Please, whenever. Let's take a photo if you don't mind. Yeah, please. That was so good. Do you mind if I do that or no? I don't want to do that. Well, I can do it. One, two, three. Thank you. Bye. Thank you. Bye. Bye. Safe travels. This is amazing. Bye. Thank you. Bye. We'll see each other again. Bye. Hey, okay. Can you guys back up just a little bit? Selfies only. Selfies only. Waiting for your next door. They're waiting for your next door now. Enjoy New York City. Enjoy New York. Just full of different people of all ethnicities. Everyone was just up and jumping. They didn't know anything. Just all Punjabi aa gaya. ਵੈਲ ਤੁਸੀਂ ਵੇਖ ਹੀ ਲਿਆ ਹੋਏਗਾ ਕਿ ਕਿਸ ਤਰ੍ਹਾਂ ਦੇ ਨਾਲ ਹਰ ਕੋਈ ਕਹਿ ਰਿਹਾ ਬਈ ਦੋਸਾਂਝਾ ਵਾਲੀ ਦੀ ਪਰਫਾਰਮੈਂਸ ਕਮਾਲ ਦੀ ਹੈ ਇੱਕ ਨੇ ਤਾਂ ਇਹ ਕਹਿ ਦਿੱਤਾ ਕਿ 16 ਸਾਲ ਤੋਂ ਮੈਂ ਕੰਮ ਕਰ ਰਿਹਾ ਲੇਕਿਨ ਐਸੀ ਪਰਫਾਰਮੈਂਸ ਨਹੀਂ ਵੇਖੀ ਵੈਲ ਦਿਲਜੀਤ ਦੋਸਾਂਝ ਹਰ ਪਾਸੇ ਆਪਣੇ ਮਿਊਜ਼ਿਕ ਦੇ ਨਾਲ ਸਭ ਨੂੰ ਐਂਟਰਟੇਨ ਕਰ ਰਹੇ ਨੇ ਤੇ ਹੁਣ ਤਾਂ ਉਹਨਾਂ ਦੀ ਫਿਲਮ ਜੱਟ ਐਂਡ ਜੂਲੀਅਟ 3 ਵੀ ਆਉਣ ਵਾਲੀ ਹੈ ਉਹ ਵੀ 27 ਜੂਨ ਨੂੰ